ਅਕਾਲ ਜੀ, ਕੀ ਹਾਲ ਚਾਲ ਜੀ? ਅੱਜ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਅਸੀਂ ਲਿਆਏ ਮੈਗੀ। ਹਲੇ ਡਰਮ ਫਟਰਮ ਜਿਹਾ ਸਮਾਨ ਉਹੀ ਲੈ ਲਿਆ ਸੀ, ਮੈਗੀ ਲੈਣ ਗਏ ਤੇ ਅੱਜ ਅਸੀਂ ਸੋਚਦੇ ਅਸੀਂ ਬਣਾਉਂਗੇ ਚੁੱਲ੍ਹੇ 'ਤੇ ਮੈਗੀ। ਮੈਗੀ ਬਣਾਉਂਗੇ ਅਸੀਂ ਇਹਦੇ ਵਿੱਚ, ਠੀਕ ਹੈ, ਬੜੀ ਕੜਾਹੀ 'ਚ, ਠੀਕ ਹੈ। ਅਸੀਂ ਇਹਦੇ 'ਚ ਮੈਗੀ ਬਣਾਉਂਗੇ। ਜੇ ਤਾਂ ਸਾਡੇ ਚੁੱਲ੍ਹਾ ਜਗ ਗਿਆ ਤਾਂ ਅਸੀਂ ਬਲੌਗ ਪਾ ਦੇਣਾ, ਜੇ ਨਾ ਜਗਿਆ ਫਿਰ ਅਸੀਂ ਬਲੌਗ ਨਹੀਂ ਪਾਉਣਾ। ਹੁਣ ਦੇਖਦੇ ਅਸੀਂ ਟਰਾਈ ਮਾਰ ਕੇ। ਵੈਸੇ ਲੱਕੜੀ ਲੁੱਕੜੀ ਕੁਝ ਨਹੀਂ ਦਿਖਦੀ, ਬਾਲਣਾ ਕੀ ਕੜਾਹੀ ਨੂੰ ਬਾਲ ਤਾਂ ਸੀ ਫਿਰ। ਚੱਲ ਟਰਾਈ ਕਰਦੇ ਹਾਂ ਦੋਨੇ, ਆ ਜਾ ਟਰਾਈ ਕਰਕੇ ਦੇਖਦੇ ਆ। ਕਿੱਥੇ ਚੁੱਲ੍ਹੇ ਵਾਲੇ ਅੱਜ ਤੱਕ? ਮੈਂ ਵੀ ਨਹੀਂ ਬਾਲਿਆ, ਮੈਂ ਟਰਾਈ ਕਰ ਸਕਦੇ ਆ ਨਾ। ਹਾਂ ਚੱਲ ਆ ਜਾ, ਪਹਿਲਾਂ ਤਿਆਰੀ ਤਾਂ ਕਰ ਲਈ। ਲੱਕੜੀ ਅੱਗ ਤਾਂ ਬਾਲ ਕੇ ਦੇਖ ਲੈ, ਜੇ ਅੱਗੇ ਨਾ ਬਲੀ ਤਿਆਰੀ ਤਾਂ ਫਿਰ ਰਹਿ ਜਿਹੜੀ ਉੱਕੜ ਦੀ ਉੱਕੜ ਹੀ। ਚੱਲ ਚੁੱਲ੍ਹੇ ਦੀ ਮੈਗੀ ਖਾਉਂਗੇ। ਨਿੰਮ ਟਰਾਈ ਕਰਦੀ ਹੋਈ ਬਾਈ, ਚੁੱਲ੍ਹਾ ਟਰਾਈ ਕਰਕੇ ਦੇਖਦੇ ਆ। ਜੇ ਤਾਂ ਸਭ ਤੇ ਬਲ ਗਈ ਅੱਗ ਤਾਂ ਮੈਗੀ ਪਰ ਪੜੂਗੀ, ਜੇ ਨਾ ਪੜੀ ਫਿਰ ਤਾਂ ਸਭ ਤੇਰਾ ਵਾਹਿਗੁਰੂ ਹੈ, ਫਿਰ ਬਲੌਗ ਬਲੂ ਕੋਈ ਨਹੀਂ ਪੈਣਾ। ਤੇ ਸਾਨੂੰ ਪਾਥੀ ਪੁੱਥੀ ਨਹੀਂ ਮਿਲੀ, ਅਸੀਂ ਆਪਣੇ ਆਪੇ ਸਿਰ ਖਪਾਈ ਕਰ ਰਹੀ ਆ ਨਾ ਆਂਟੀ ਹੈ ਘਰਾਂ। ਇਹਨੂੰ ਇਹਨੂੰ ਲਾਉਣਾ ਕਿੱਕੜਾ ਲੱਕੜੀ ਨੂੰ, ਇਹ ਨਹੀਂ ਪਤਾ ਲੱਗਦਾ। ਧੂੰਆਂ ਕਿੰਨਾ ਕਰਦੇ ਆ ਚਲੇ, ਹੁਣ ਸਿੱਖ ਲੈ ਤੂੰ ਸਾਗ ਸੂਗ ਰਿੰਨਾ। ਇਹ ਤਾਂ ਬਹੁਤ ਹੋ ਗਿਆ, ਹੁਣ ਸਿੱਖ ਲੈ ਤੂੰ ਅੱਗ ਉੱਗ। ਅੱਗ ਉੱਗ ਬਾਲਣੀ ਸੀ ਬਿਊਟੀ, ਤੈਨੂੰ ਥੋਪਿਆ ਕਰੂੰਗੀ। ਓਹੋ ਧੂੰਆਂ ਆਏ, ਆਂਟੀ ਨੇ ਗਾਲਾਂ ਕੱਢਣੀਆਂ। ਆਂਟੀ ਨੇ ਪਹਿਲਾਂ ਹੀ ਕਹਿ ਕੇ ਭੇਜਿਆ ਜੇ ਤੁਸੀਂ ਗੰਦ ਪਾਇਆ ਵਾ ਹੋਇਆ। ਟਰਾਈ ਬਲ ਤਾਂ ਜਾਣੀ, ਕਿਉਂਕਿ ਹੁਣ ਤਾਂ ਲਿਫਾਫਾ ਲੱਗ ਗਿਆ ਨਾ, ਇੱਕ ਵਾਰੀ ਲਿਫਾਫੇ ਨੂੰ ਅੱਗ ਲੱਗਦੀ ਚਾਹੀਦੀ। ਲੱਗੀ ਨਹੀਂ ਲੱਗੀ, ਲਾ ਲਾ ਮਰ ਜਾ ਸਵਾਰ ਕੇ, ਲਾ ਲਾ ਲਿਫਾਫੇ ਮੈਂ ਹੀ ਬਾੜ ਦਿੱਤੀ ਸੀਖ ਨੂੰ। ਮੈਂ ਕਿਹੜੇ ਬਾੜ? ਹਾਂ ਦੂਰ ਰੱਖੇ ਕਰ ਮੜੀ ਜੀ, ਉਰੇ ਦੇ ਜਾ। ਲੈਟਰ ਲੂਟਰ ਨਹੀਂ ਹੈ ਕੋਈ, ਕਾਗਜ਼ ਲਿਆਂਦੀ ਕਾਪੀ ਵੀ ਨਹੀਂ ਤੁਹਾਡੇ ਘਰਾਂ? ਫਿਰ ਵਲਗੀ 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 ਸਕਸੈਸਫੁਲ ਦੇਖਿਆ, ਬਾਲਤੀ ਥੋੜੀ ਦੇਰੇ ਬਾਲੀ, ਕਿਉਂਕਿ ਉਹ ਗਏ ਹੋਇਆ ਡੀਲਰ ਪਰ। ਜਾ ਭਾਂਡਾ ਲਿਆ ਕੋਈ, ਚੀਰ ਲੈ ਗੱਲ ਬੋਲੀ। ਸਕਸੈਸਫੁਲ ਦੇਖਿਆ ਬਾਲਤੀ ਥੋੜੀ ਦੇਰੇ ਬਾਲੀ, ਕਿਉਂਕਿ ਉਹ ਗਏ ਹੋਇਆ ਡੀਲਰ ਪਰ। ਜਾ ਭਾਂਡਾ ਲਿਆ ਕੋਈ, ਚੀਰ ਲੈ ਗੱਲ ਬੋਲੀ। ਦੇ ਅੱਗ ਕਿੰਨਾ ਟਾਈਮ ਬਲਦੀ ਹੈ, ਇਹਨੂੰ ਮੈਂ ਕਿਹਾ ਭਾਂਡਾ ਰੱਖਦੇ ਇੰਨੇ ਜਿਹੜੇ ਪੱਗ ਪਾ ਕੇ, ਜੇ ਤਾਂ ਚੱਲ ਪਿਆ ਤਾਂ ਠੀਕ ਹੈ, ਨਹੀਂ ਤਾਂ ਅੰਦਰ ਤਾਂ ਸਾਡੇ ਪਾ ਆਪਸ਼ਨ ਹੈ ਹੀ ਉਹ ਆ, ਤਾਂ ਅਸੀਂ ਟਰਾਈ ਕਰਕੇ ਦੇਖ ਰਹੇ ਇੱਕ ਬਲੌਗ ਦੇ ਰੀਜ਼ਨ ਕਰਕੇ। ਉਦੋਂ ਤੱਕ ਅੱਗ ਬਲਦੀ ਹੈ, ਪਿਆਜ਼ ਪਿਊ ਚੀਰ ਲੈਂਦੇ, ਠੀਕ ਨਹੀਂ, ਇੰਨੇ ਇੰਨੇ ਤੇਲ ਪਾ ਦੇ, ਮੈਂ ਇਹਨੂੰ ਕਿਹਾ ਵੀ ਜਦ ਤੱਕ ਬਲਦੀ ਮਾੜਾ ਮੋਟਾ, ਬਸ 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 ਬਹੁਤ ਹੈ, ਹੈਂ ਬਹੁਤ ਹੋਣਾ ਬਹੁਤ ਹੈ। ਚੱਲ ਆ ਜਾ ਕੱਟ ਫਿਰ, ਲੈਟਸ ਗੋ। ਪਾ ਸਕਦੇ ਪਰ ਪਾਣੀ ਨਹੀਂ। ਬੜਾ ਰਿਸਕੀ ਕੰਮ ਹੈ ਵੀ ਜਿਹੜਾ ਅਸੀਂ ਰਿਸਕ ਲਿਆ ਵਾ ਨਾ ਅੱਜ, ਧੱਕੇ ਤੇ ਮੈਗੀ ਨਾ ਵਰਗੀ ਖਦਾਨ ਹੋ ਗਿਆ, ਧੱਕੇ 'ਚ ਲਾ ਕੇ ਬੈਠੀ ਹਾਂ। ਜਸੋ ਲਿਆ ਮਿਰਚਾਂ ਪਹਿਲਾਂ ਧੋਈਆਂ ਵੀ ਚਿੱਟ, ਇਹ ਪਿਆਜ਼ ਧੋਣੇ ਤੇ ਪਹਿਲਾਂ ਪਿਆਜ਼ ਨਹੀਂ ਧੋਏ ਤੇ ਫਿਰ ਹੁਣ ਉਹ ਮਿਰਚਾਂ ਦੇ ਬੀਜ ਸਾਰੇ ਨਿਕਲ ਜਾਣੇ। ਰਹਿਣ ਦੇ ਚਾਹੇ ਤਾਂ ਸਾਫ ਹੀ ਹੁੰਦੇ ਆ, ਅਸੀਂ ਇਹਨਾਂ ਸਾਹਮਣੇ ਨਾ ਕਹੇ ਖਾਊਂਗੇ ਖਾਊਂਗੇ ਧੋ ਕੇ ਖਾਊਂਗੇ, ਨਹੀਂ ਸਾਫ ਹੀ ਹੁੰਦੇ। ਗਾਜਰ ਪਾਣੀ ਪਾਉਂਦੀ ਮੈਂ ਘਰ ਰਹਿਣ ਦੇ ਛੱਡ ਪਰ, ਦੇਖ ਤਾਂ ਗਰਮ ਹੋਇਆ ਤੇ ਮੈਨੂੰ ਤਾਂ ਪਤਾ ਹਜੇ ਕਿੱਥੇ ਹੋਇਆ ਮਰ ਜਾ ਉੱਪਰ ਨੂੰ ਕਰਦੇ, ਇਹਨੂੰ ਕਰਦਾ ਹਰੇ ਆ ਟਮਾਟਰ, ਅਸੀਂ ਜਦੇ ਪਾਉਂ ਕੱਟ ਕੇ ਇੱਧਰ ਤੇਲ ਧਰਦਾ, ਜੇ ਪਿਆਜ਼ ਗੇਰਿਆ ਹੋਣਾ ਗਰਮ ਦੇਖਣੇ ਨੂੰ ਹੈ ਨਾ। ਓਹੋ ਟਮਾਟਰ ਪਾਉਣਾ, ਸਾਡਾ ਤੇਲ ਗਰਮ ਹੋ ਰਿਹਾ ਹੈ, ਜਦੋਂ ਵੀ ਤੇਲ ਗਰਮ ਹੁੰਦਾ ਸਾਡਾ ਟਾਸਕ ਅਗਰ ਕੰਪਲੀਟ ਹੋਇਆ, ਅਸੀਂ ਬਹੁਤ ਮਿਹਨਤ ਕਰੀ ਇਹਦੇ ਵਾਸਤੇ ਚੁੱਲ੍ਹਾ। ਓਹੋ ਤੁਹਾਨੂੰ ਦਿਖਾਣੇ ਸੀ, ਚੰਗਾ ਸਤਿ ਸ਼੍ਰੀ ਅਕਾਲ। ਕਿੰਨੀ ਸੋਹਣੀ ਬਰੀਕ ਬਰੀਕ ਕਟਿੰਗ ਕਰ ਰਹੀ ਹੈ, ਅੱਗ ਬਲਦੇ ਬਰੀਕ ਕਟਿੰਗ ਤਾਂ ਹੋਣੀ, ਅੱਧਾ ਘੰਟਾ ਇਹ 2 ਮਿੰਟ ਵਾਲੀ ਮੈਗੀ ਅੱਜ ਬਣੂਗੀ 1 ਘੰਟੇ 'ਚ, ਠੀਕ ਹੈ। ਹੁਣ ਆਪਣਾ ਸਾਰਾ ਸਮਾਨ ਰੇਡੀ ਪਾਉਣ ਲੱਗਿਆ,
मिर्च साफ की रही तो कट्टी नहीं ही दो मिर्चा दिया और एक्स्ट्रा कट्टी गई। वाह जी वाह, हूँ अपा इन छेती मतलब यह भुजबे प्याज है ना, सुनो मेरी गल इधर सुनो बेटे अपने छेती प्याज भुज जो आप पाऊंगे नमक ठीक है, थोड़ा जहा पा लूंगे फिर प्याज छेती हो जाते हैं जी। फिर थोड़ा घट पा लूंगे ठीक है, अपना कुछ पूड़ी च भी होगा। चलो जी टमाटर अपा थोड़े जे ब्राउन करे तो बाद है ना, हाँ फिर जल्दी अब चूल्हे की मैगी खाऊंगे असि, तुम भी खा लियो ब्लॉग च जल सी खा पी के वेले हो जाए, स्ट्रगल है रियल। ओके आ जा चाचा सर, हम टमाटर मैं पाऊंगी ठीक है, इन्हें तू माड़े जो कर दे इन्हों लून मिर्च मसाला, फिर तू मैगी मूगी दस दी खोलन नजर ना ला दी। प्याज असी धो लेते है ना, लिया टमाटर लिया पाइए तू कह थोड़े जे हो जाने ब्राउन, थोड़े जे हो जाने हजे चल मैगी चूल्हे पर कम करना बहुत औखा भाई, लेडीज पता नहीं किवें करते हैं, साड़ी तो हुणे ना करा छड्डी हमने मैगी भी पा दी नाले। मैं अपने तरीके ना मैगी बनाऊंगी, वेट पा दो बेटे। ओके डन, पानी लिया फिर ऐ नहीं लड़ना है ऊँ इन्ना चुले पर उल्टा जब एक्सपीरियंस भी नहीं ना है। हाँ पा दे पा दे, पै जाना बस 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 आ मसाला तो नहीं पा सवार के रला दे मसाला ना, ना कपड़ा नहीं लिया तू है ना, हूं अग तेज होगी ना ज्यादा मनु कच्ची लगती मड़ी मड़ी कोई 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 है हूं तो पक गई फूक मार के मुंह च, चल जान दे अंदर ऐ चक्के गल गई तैयार है हूं असी खाऊंगे सक्सेसफुल। इन्नी कोशिशों तो बाद नाकाम होने तो बाद साड़ी मैगी बन के तैयार है, सानू लास्ट चाहे गोटे भी मिल गए है ना, साड़ी मैगी बन गई हूँ असं थानू टेस्ट करके दसूंगे किवें दी लगी सानू मैगी। चूल्हा हूँ देख दे पता नहीं बंद करना किकना उरे झाड़ू जला दी माड़ी जी सफाई। ओके डन चलो जी उपर खाऊंगे बैठ के, सफाई कर दी है भाई भी असं साफ सफाई ना खा, चल जी निबड़िया साडा काम। अमन सानू कर दी वीडियो कॉल असी चक्की नहीं, सानू एवें तक ही अमन ब्लॉग देखिए, वैसे उन्हें देख तो लिया होना स्नैपचैट पर तो एक्टिव हुई थी मैं उत्थे तो मैं दसिया कि असी बनाने लगे मैगी, अगर सक्सैसफुल रहे तो ब्लॉग पऊगा नहीं नहीं
ਹੁਣ ਸਾਰੇ ਐਕਸਾਈਟਿਡ ਹੋਣੇ ਸਾਰੇ ਨਾ ਐਵੇਂ ਹੁਣ ਵੀ ਹਾਂ ਬਈ ਬਲ ਜਵੇ ਇਹਨਾਂ ਦੀ ਅੱਗ ਇਹਨੇ ਕੱਠ ਹੀ ਹੋ ਜਾਣਾ ਜਿਵੇਂ ਪਾਣੀ ਪੈ ਜਾਣਾ ਤਾਂ ਲੈ ਭਾਈ ਅੱਗ ਦੱਬਤੀ ਅਸੀਂ ਅਸੀਂ ਮੈਗੀ ਪਾਣੀ ਰੱਖ ਲਿਆ ਨਾਲ ਨਾਲ ਵਿਊ ਇੰਜੋਏ ਕਰੂੰਗੇ ਨਾਲ ਨਾਲ ਖਾਊਂਗੇ ਨਾਲ ਨਾਲ ਗੱਲਾਂ ਬਾਤਾਂ ਓਕੇ ਚਲੋ ਬਾਈ ਆਜੋ ਜਿਹਨੇ ਜਿਹਨੇ ਖਾਣੀ ਜਿਹਨੇ ਚੁੱਲ੍ਹੇ ਦੀ ਮੈਗੀ ਖਾਣੀ ਆਜੋ ਦੇਖਦੇ ਅੱਜ ਆਪਾਂ ਨੇ ਐਂ ਦੇਖਣਾ ਵੀ ਚੁੱਲ੍ਹੇ ਦੀ ਮੈਗੀ 'ਚ ਹਰ ਇਹਦੇ 'ਚ ਕਿਆ ਫਰਕ ਹੈ ਅਤੇ ਦੱਸਦੀ ਰੁਕੋ ਇਹ ਨਾ ਮੈਂ ਦੁਬਾਰਾ ਟੇਸਟ ਕਰੀ ਹੈ ਕਿਉਂਕਿ ਮੈਨੂੰ ਮੇਰੀ ਨਾਨੀ ਦੇ ਹੱਥ ਦਾ ਸਵਾਦ ਯਾਦ ਆ ਗਿਆ ਸੱਚੀ ਬਈ ਗੈਸ ਵਾਲੀ 'ਚ ਨਾ ਖੁਸ਼ਬੂ ਨਹੀਂ ਹੁੰਦੀ ਕਿਹਦੇ ਅੰਦਰ ਖੁਸ਼ਬੂ ਹੈ ਮੇਰੀ ਨਾ ਨਾਨੀ ਨੇ ਮੈਨੂੰ ਚੁੱਲ੍ਹੇ 'ਤੇ ਮੈਗੀ ਦੇ ਦਿੱਤੀ ਮੈਂ ਉਸ ਟਾਈਮ ਖਾਈ ਤੀ ਔਰ ਮੈਨੂੰ ਉਹ ਮੈਗੀ ਹਰ ਆਹ ਮੈਗੀ ਨੇ ਨਾ ਅੱਜ ਮੇਰੀ ਨਾਨੀ ਦੀ ਯਾਦ ਦਵਾਤੀ ਮੇਰੀ ਨਾਨੀ ਸੇਮ ਐਵੇਂ ਦੀ ਉਹ ਮੈਗੀ ਬਣਾਈ ਕਰਦੀ ਤੀ ਨਾਨੀ ਦੇ ਹੱਥ ਦਾ ਮੁੜ ਕੇ ਸਵਾਦ ਨਹੀਂ ਮਿਲਿਆ ਕਿਉਂਕਿ ਨਾਨੀ ਨਹੀਂ ਰਹੇ ਠੀਕ ਹੈ ਵਿਹਲੇ ਹੁਣ ਸਾਡੀ ਐਂਡਿੰਗ ਹੈ ਵਲੌਗ ਦੀ ਹੁਣ ਸਾਡੇ ਕੁਰਕਰੇ ਕਰਕੇ ਰਹਿ ਗਏ ਉਹ ਅਸੀਂ ਹੁਣ ਹੀ ਨਹੀਂ ਖਾਣ ਲੱਗੇ ਈਵਨਿੰਗ ਵਾਕ ਤੇ ਖਾਓ ਈਵਨਿੰਗ ਵਾਕ ਤੇ ਖਾ ਲੂੰਗੇ ਚੱਲ ਅੱਜ ਅਮਨ ਨੂੰ ਯਾਦ ਕਰਕੇ ਖਾਉਂਗੇ ਅਸੀਂ ਆਪਣੀ ਆਪਣੀ ਡਾਈਟ ਮਾ ਅਸੀਂ ਕੋਈ ਫਰਕ ਨਹੀਂ ਬਸ ਮੈਗੀ 'ਚ ਡਾਈਟ 'ਚ ਫਰਕ ਆਇਆ ਬੜਾ ਉਹ ਵੀ ਅਸੀਂ ਕਿਹਾ ਅੱਜ ਬਈ ਠੰਡਾ ਮੌਸਮ ਤਾਂ ਨਾ ਕਿਤੇ ਜਾਣੇ ਦਾ ਅਸੀਂ ਕਿਹਾ ਦੋਨੋਂ ਅਸੀਂ ਟਾਈਮ ਸਪੈਂਡ ਕਰ ਲਈਏ ਹੈ ਨਾ ਇਕੱਠੇ ਬੈਠ ਕੇ ਤਾਂ ਕਰਕੇ ਨਾਲੇ ਟਾਈਮ ਸਪੈਂਡ ਹੋ ਗਿਆ ਨਾਲੇ ਮੈਗੀ ਖਾ ਲਈ ਨਾਲੇ ਇੱਕ ਵਲੌਗ ਬਣ ਗਿਆ ਲਸਣ ਖਾ ਲੈ ਲਗਾ ਪਹਿਲਾਂ ਤੂੰ ਖਾ ਬਾਏ ਬਾਏ ਨੀ ਮਿਹਨਤ ਕਰੀ ਨੂੰ ਬਣਾਉਣੇ ਨੂੰ ਪਰ ਸਾਡੀ ਮਿਹਨਤ ਦਾ ਫਲ ਮਿਲ ਗਿਆ ਬਈ ਸਵਾਦ ਸੱਚੀ ਬਹੁਤ ਸਵਾਦ ਬਣੀ ਸਾਨੂੰ ਰੋਣਾ ਤਾਂ ਆ ਗਿਆ ਇੰਜੂ ਵੀ ਨਿਕਲਿਆ ਮੇਰੇ ਤਾਂ ਇੱਕ ਵਾਰੀ ਪਿਆਜ਼ ਕੱਟਦੇ ਹੁਣ ਇਹ ਨਿਕਲੇ ਤੂੰ ਇਹਨੇ ਕਢਾਤੇ ਪਰ ਸਵਾਦ ਹੈ ਪੂਰੀ ਘੈਂਟ ਠੀਕ ਹੈ ਵਲੌਗ ਦੀ ਅੱਛੀ ਕਰਦੀ ਆਂਟੀ ਜੇ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਕਮੈਂਟ ਕਰ ਦਿਆ ਕਰੋ ਮੈਨੂੰ ਪਤਾ ਨਹੀਂ ਲੱਗਦਾ ਕਿ ਸਾਡੀ ਵੀਡੀਓ ਕੌਣ ਕੌਣ ਦੇਖ ਰਿਹਾ ਹੈ ਤੂੰ ਵੀ ਬੋਲ ਪੈ ਤੁਸੀਂ ਖਾਣੇ ਦੀ ਲੱਗੀ ਪਈ ਹੈ ਠੀਕ ਹੈ ਵੀ ਸਾਰੇ ਜਣੇ ਕਰ ਦਿਓ ਕਮੈਂਟ ਹੈ ਦੱਬ ਕੇ ਕਹਿ ਆਪਣੇ ਨਾਨਕਿਆਂ ਨੂੰ ਕਹਿ ਦੇ ਠੀਕ ਹੈ ਬਈ ਕਰ ਦਿਓ ਪਲੀਜ਼ ਬਾਏ।